ਸਹੀ ਗਾ ਫਿਰ ਉਹੀ ਗੱਲ ਧਿਆਨ ਨਾਲ ਸਮਝਾ ਦੇ ਅੰਦਰ ਲੇਟ ਉਹ ਲੇਟ ਹੋ ਗਏ ਸੀ, ਕੋਈ ਗੱਲ ਨੀ ਬਾਈ ਜੀ, ਲੇਟ ਹੋ ਗਏ ਸੀ, ਕੋਈ ਚੱਕਰ ਨੀ। ਕੋਈ ਨਾ ਕੋਈ ਕਹੋਗੇ ਕਿ ਗੁਰੂ ਘਰ ਅੱਜ ਆਏ ਹੋ, ਕਿੰਨਾ ਵਧੀਆ ਲੱਗਾ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ। ਕਦੋਂ ਦਾ ਬੱਚੇ ਦਾ ਵਰਤ ਹੋਇਆ ਉਦੋਂ ਤਮੰਨਾ ਸੀ ਵੀ ਕਦੋਂ ਵੀ ਥੋੜ੍ਹਾ ਟਾਈਮ ਲੱਗੇ ਤਾਂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਈਏ, ਤਾਂ ਉਸੇ ਤਮੰਨਾ ਨੂੰ ਅੱਜ ਪੂਰੀ ਕਰਨ ਲਈ ਗੁਰੂ ਦੇ ਘਰ ਪਹੁੰਚੇ। ਬਾਪੂ ਜੀ, ਸੁਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ, ਤਾਂ ਤੁਸੀਂ ਕਿਵੇਂ ਵੇਖਦੇ ਸੁਰਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋ ਗਈ ਆ, ਤਾਂ ਤੁਸੀਂ ਲੋਕ ਸਭਾ ਚੁਣਾਵ ਵੀ ਆ ਗਏ ਉੱਤੋਂ? ਬਹੁਤ ਮਾੜੀ ਗੱਲ ਹੋ ਗਈ, ਮੈਂ ਤਾਂ ਮੈਨੂੰ ਬਹੁਤ ਪੜਿਆ ਹੈ। ਬਾਪੂ ਜੀ, ਲੋਕ ਸਭਾ ਚੋਣ ਆ ਗਏ, ਤੁਸੀਂ ਕਿਉਂ ਨੀ ਲੋਕ ਜੋ ਕਿਉਂਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ, ਫੈਨ ਹੈਗੇ, ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ, ਤਾਂ ਤੁਸੀਂ ਚੋਣ ਕਿਉਂ ਨੀ ਲੜੇ? ਬੇਟਾ, ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਆਫਰ, ਪਰੰਤੂ ਮੈਂ ਮੇਰੀ ਘਰੇਲੂ ਕੰਡੀਸ਼ਨ ਇਸ ਸਮੇਂ ਬੱਚਾ ਨਿਆਣਾ ਸੀ, ਕੁਛ ਮੇਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ, ਸਿੱਧੂ ਦੇ ਮਿਊਜ਼ਿਕ ਦਾ ਕੰਮ ਹੈ, ਸਾਰੇ ਖਿਲ ਰਿਹਾ ਪਿੱਲਰ, ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪਦੇ ਕਾਰੋਬਾਰ ਨੂੰ ਸਮਾਂ ਦੇਣ ਦੀ ਲੋੜ ਸੀ, ਉਹਦਾ ਕਰਕੇ ਕਿ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜ਼ਿਆਦਾ ਫਿੱਟ ਨਹੀਂ ਸੀ, ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਤਾਂ ਆਉਂਦੇ ਰਹਿੰਦੇ ਨੇ, ਕੋਈ ਗੱਲ ਕਰੇ ਫਿਰ ਵੇਖ ਲਾਂਗੇ, ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਥੋੜਾ ਜ਼ਿਆਦਾ। ਬਾਪੂ ਜੀ, ਰਾਜਾ ਵੜਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ, ਤਾਂ ਲੁਧਿਆਣੇ ਤੋਂ ਚੋਣ ਲੜ ਰਹੇ ਨੇ, ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਬਿਲਕੁਲ ਕਰਾਂਗੇ ਜੀ, ਜਿੰਨਾ ਕੁ ਸਮਾਂ ਲੱਗੂਗਾ ਜ਼ਰੂਰ ਆਪਦੀ ਸਾਰਿਆਂ ਨਾਲ ਹੀ ਹੈ, ਆਪਣੇ ਚਾਹੇ ਚੰਨੀ ਸਾਹਿਬ ਹੋਣ, ਬਾਈ ਵੜਿੰਗ ਹੋਣ, ਪਾਰਟੀ ਨਾਲ ਸਾਰੇ।